ਓਏ ਕਦੋਂ ਨਾਲ ਜਲੂਸ ਚੱਲਣਾ ਪਿਆ ਅੱਛਾ ਧੱਕਾ ਆਣਾ ਕਹਿ ਅੱਛਾ ਨਾ ਤਾਂ ਇਹ ਆਪਣਾ ਅੱਛਾ ਤਾਂ ਤੂੰ ਗਿਆ ਕੋ ਨੇ ਜਾਣਾ ਨੇ ਤੂੰ ਵੀ ਲੜਕੇ ਕਿਆ ਆਣੇ ਨਾ ਦਿਲ ਦੁਆਲਾ ਕਿਆ ਕਰਨਾ ਇਹ ਜੋ ਕਰਦੇ ਨੇ ਪੇ ਗਲਤ ਕਰਦੇ ਨੇ ਪੇ ਠੀਕ ਕਰਦੇ ਨੇ ਪੇ ਇਹ ਜਿਹੜਾ ਉੱਪਰ ਜਲੂਸ ਹੈ ਆਜ਼ਾਦੀ ਹੋਣੀ ਚਾਹੀਦੀ ਹੈ ਤੁਹਾਡੀ ਹੈ ਅੱਛਾ ਘਰ ਉੱਪਰ ਨੀ ਸਾਰੇ ਪੀਰ ਜਿਹੜੇ ਨੇ ਡੈਡੇ ਬੋਲੀ ਠੀਕ ਹੋ ਪੀਰ ਸਾਹਿਬ ਇਹ ਕਿਆ ਚੱਲ ਰਿਹਾ ਉਧਰ ਉੱਪਰ ਤੁਹਾਡੇ ਹਾਲਾਤ ਤਾਂ ਠੀਕ ਹਨ ਤੁਹਾਡੇ ਤਾਂ ਇਹ ਬਾਕੀ ਹਾਲਾਤ ਕਿੱਥੇ ਕੀ ਆ ਖਰਾਬ ਹਨ ਬਾਕੀ ਹਾਲਾਤ ਇਹ ਸਰ ਮੋਦੀ ਤੋਂ ਬਹੁਤ ਗੜਬੜ ਬਣਾਈ ਰਹੀ ਹੈ ਸਾਰੀ ਤਰਫ ਤੇ ਹਾਂ ਸਾਰੇ ਮਤਲਬ ਜ਼ੁਲਮ ਹੀ ਨਾ ਕਿ ਮੁਸਲਮਾਨ ਹਰ ਪਾਸੇ ਚੱਕੀ ਦੀ ਪੈਸ ਰਿਹਾ ਉਹ ਨਾ ਕਿਹੜਾ ਮੁਸਲਮਾਨ ਸਾਊਦੀ ਅਰਬ ਵਾਲਾ ਵੀ ਠੀਕ ਹੈ ਕਸ਼ਮੀਰ ਵਾਲਾ ਮਾਮਲਾ ਇਹ ਕੈਸਾ ਕਸ਼ਮੀਰ ਵਾਲਾ ਮਾਮਲਾ ਤੇ ਮੌਲਾ ਪੰਜਤ ਪਾਕਿਸਤਾਨ ਖੁਦ ਮੁਖਤਿਆਰ ਔਰ ਆਜ਼ਾਦ ਬਣਾਵਾ ਸੀ ਅਸੀਂ ਤੇ ਹੀ ਆਖਦੇ ਹਾਂ ਪਾਕਿਸਤਾਨ ਦੀ ਗੁਲਾਮੀ 'ਚ ਵੀ ਨਾ ਰਹਿਣਾ ਚਾਹੁੰਦੇ ਹਿੰਦੁਸਤਾਨ ਦੀ ਗੁਲਾਮੀ 'ਚ ਵੀ ਨਾ ਰਹਿਣਾ ਚਾਹੁੰਦੇ ਅੱਛਾ 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 ਅਗਰ ਪਾਕਿਸਤਾਨ ਅਸਾਂ ਦਾ ਇਤਨਾ ਹਮਦਰਦ ਹੋਵੇ ਅਸੀਂ ਤੇ ਆਖਦੇ ਹਾਂ ਸਭ ਤੋਂ ਪਹਿਲਾਂ ਮਤਲਬ ਹੈ ਕਿ ਪਾਕਿਸਤਾਨ ਅਸਾਂ ਦੇ ਇਕਦਮ ਜੰਗ ਵੀ ਨਹੀਂ ਲਾ ਸਕਦਾ ਪਾਕਿਸਤਾਨ ਵੀ ਮਜਬੂਰ ਹੈ ਆਲਮੀ ਤਾਕਤਾਂ ਦੇ ਹੈਗਾ ਜੰਗ ਦਾ ਮੌਕਾ ਹੋਇਆ ਤਾਂ ਵੀ ਰਹੇ ਜੀ ਜੀ ਬਹਿ ਗਏ ਦਿਨ ਨਾ ਜੀ ਚੁੱਪ ਕਰਕੇ ਹੁਣ ਮਤਲਬ ਜੰਗ ਦਾ ਇਸ ਤੋਂ ਉੱਤਾ ਅਸੀਂ ਕਿਹੜੀ ਆਜ਼ਾਦੀ ਮੰਗ ਸਕਾਂਗੇ ਇਹ ਆਖਰੀ ਚਾਂਸ ਹੈ ਅਸਾਂ ਦੀ ਆਜ਼ਾਦੀ ਦਾ ਚਾਹੇ ਇਸ ਵਕਤ ਅਸਾਂ ਕੋ ਹਲਾ ਕੇ ਪਾਕਿਸਤਾਨ ਨਾਲ ਹਾਮੀ ਕਰਨ ਜਾਂ ਅਸਾਂ ਕੋ ਖੁਦ ਮੁਖਤਿਆਰ ਕਰਨ ਇਹ ਦੋ ਕੰਮ ਕਰਨ ਅਗਰ ਅਸਾਂ ਦਾ ਮਸਲਾ ਹੱਲ ਨਹੀਂ ਕਰਦੇ ਜਿਹੜੇ ਕਸ਼ਮੀਰ 'ਚੋਂ ਆਏ ਸਨ ਸਾਰਿਆਂ ਕੋਲ ਵਾਪਸ ਭੇਜਿਆ ਜਾਵਾ ਅਸਾਂ ਕੋਲ ਆਪਣੇ ਆਪਣੇ ਬਾਪ ਦਾਦੇ ਦੀ ਜਾਗੀਰਾਂ 'ਚ ਭੇਜਿਆ ਜਾਵਾ ਬਸ ਅਸਾਂ ਦਾ ਕੋਈ ਮਤਲਬ ਜਿੱਥੋਂ ਜਿਹੜਾ ਬੰਦਾ ਜਿਹੜਾ ਮੁਤਾਸਰ ਹੋਇਆ ਉਹ ਆਪਣੀ ਜਗ੍ਹਾ ਪਰ ਜਾਏ ਜੀ ਆਪਣੀ ਆਪਣੀ ਜਗ੍ਹਾ ਤੇ ਚਲਾ ਜਾਏ ਸਹੀ ਹੈ ਅਸੀਂ ਇਹਨਾਂ ਦੀ ਮਾਜਰੀ ਕਬੂਲ ਹੀ ਨਾ ਕਰਦੇ ਸਹੀ ਹੈ ਇਹ ਸਿਸਟਮ ਹੁੰਦੀ ਔਰ ਮਤਲਬ ਇਹ ਹਰ ਜਗ੍ਹਾ ਪਰ ਰਹਿਣ ਵਾਲਾ ਬੰਦੇ ਨਾਲ ਆਪਣਾ ਮਾਹੌਲ ਹੈ ਆਪਣਾ ਕਲਚਰ ਹੈ ਆਪਣਾ ਸਾਰਾ ਕੁਝ ਜਿਹੜਾ ਮਤਲਬ ਰਹਿਣ ਸਹਿਣ ਖਾਣ ਪੀਣ ਗੱਲਬਾਤ ਤਲਕਾਤ ਵੱਖ ਵੱਖ ਹਨ ਨਾ ਜੀ ਜੀ ਆਪਣੇ 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 ਠੀਕ ਹੈ ਸਹੀ ਤੇ ਇਸ ਦੀ ਛੁੱਟੀ ਕੋ ਨਹੀਂ ਦਿੱਤੀ ਇਹ ਵੀ ਉੱਥੇ ਜਾਇਆ ਨਾ ਇੱਕ ਦਿਹਾੜਾ ਲਾਈ ਸ਼ਹਿਰ ਤਾਂ ਇਹ ਸਰ ਨੂੰ ਛੁੱਟੀ ਮਿਲੀ ਹੋਈ ਸੀ ਹਾਂ ਛੁੱਟੀ ਗਈ ਉਸ ਤੋਂ ਉਦੋਂ ਕਾਫਲੇ ਨਾਲ ਸਲਾਮ ਦੁਆ ਕਰ ਕੇ ਮੁੜੇ ਦੇ ਅੱਛਾ 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 ਜੀ ਅਸੀਂ ਖੁਦ ਕਾਫਲੇ ਦੇ ਸ਼ਰੀਕ ਸਾਂ ਹਾਂ ਉਹ ਤੋਂ ਕਾਫਲੇ ਚ ਦੇਖਿਆ ਕਿ ਹੁਣ ਮਤਲਬ ਹੈ ਕਿ ਉਹ ਅਸਲ ਸਰ ਜਿਹੜਾ ਇਨਸਾਨ ਸੈਟ ਹੋਵਾ ਅਮੀਰ ਹੋਵਾ ਉਹ ਤੇ ਇੱਕ ਹਫਤਾ ਵੀ ਧਰਨਾ ਲਾ ਕੇ ਫਿਰ ਅਸੀਂ ਸਹੀ ਹੈ ਸਹੀ ਹੈ ਉਹ ਰੱਬ ਨਾਲ ਕੋਈ ਧੀਰੇ ਧੀਰੇ ਲੱਭ ਆ ਸਣ ਉਹਨਾਂ ਦਾ ਰੰਗ ਕੀਤੇ ਤੇ ਉਹ 3 ਮਹੀਨੇ ਵੀ ਬੇਗਾ ਇਤਜਾਜ ਕਰਨ ਕਾ ਅਸੀਂ ਲੋਕ ਐਸੇ ਮਜਬੂਰ ਆ ਕਿ ਅਸੀਂ ਨਾ ਲੇਕਿਨ ਤੁਸੀਂ ਆਪਣਾ ਹਿੱਸਾ ਜਿਹੜਾ ਪਾ ਸਕਣੇ ਸੋ ਪਾਇਆ ਨਾ ਜੀ ਜੀ ਬਿਲਕੁਲ ਪਾਇਆ ਤਾਂ ਗਏ ਹੋ ਜੀ ਸਰ ਉਹ ਤੁਸਾਂ ਦਾ ਦਿਲ ਕਰਨਾ ਜੇ ਤੁਸਾਂ ਦੀ ਤਾਕਤ ਹੋਵੇ ਤਾਂ ਦਿਹਾੜੀ ਨਾ ਲੱਗਣੀ ਹੋਵੇ ਤਾਂ ਬੈਠੇ ਰਹੋ ਜੀ ਬਿਲਕੁਲ ਅਸੀਂ ਤੇ ਬੈਠੇ ਰਹੋ ਅਸੀਂ ਜਾਨ ਵੀ ਹਾਜ਼ਰ ਨਾ ਤਾਂ ਇੱਥੇ ਆਪਣੇ ਮੁਜ਼ੱਫਰਾਬਾਦ ਦੇ ਲੋਕ ਵੀ ਜਿਸ ਤਰ੍ਹਾਂ ਤੁਸੀਂ ਗੱਲ ਕਰਦੇ ਹੋ ਸਾਰੇ ਇਸ ਤਰ੍ਹਾਂ ਤਿਆਰ ਹਨ ਜੀ ਸਰ ਇਹ ਤੇ ਤਿਆਰ ਹਨ ਨਾ ਬਿਲਕੁਲ ਇਹ ਤੇ ਸਭ ਇੱਕ ਆਵਾਜ਼ ਹਾਂ ਹਾਂ ਇੱਕ ਇੱਕ ਬੱਚਾ ਇਹ ਤੇ ਆਖਦਨ ਕਿ ਅਸਾਂ ਕੋ ਹਕੂਮਤ ਇਜਾਜ਼ਤ ਦੇਵਾ ਅਸੀਂ ਖੁਦ ਸੀਸ ਪਰ ਲੈਣਾ ਅਸੀਂ ਖੁਦ ਫੌਜੀ ਹਾਂ
ਸਹੀ ਹੈ ਹਾਂ ਸਰ ਅਸੀਂ ਖੁਦ ਹਿੰਦੁਸਤਾਨ ਦੀ ਫੌਜ ਨਾਲ ਮੁਕਾਬਲਾ ਕਰਨ ਵਾਲੇ ਲੋਕ ਹਾਂ ਸਹੀ ਹੈ ਅਗਰ ਮੈਂ ਇਕੱਲਾ ਆਦਮੀ 60 ਹਿੰਦੁਸਤਾਨੀ ਫੌਜੀ ਨਾਲ ਮਾਰਦਾ ਮੁੜਾਂ ਤਾਂ ਮੇਰੇ ਤਾਂ ਮਾਂ ਦਾ ਦੁੱਧ ਹੀ ਰਾਮ ਹੈ ਕਾਫਲਾ ਦੇਖਿਆ ਜਿਹੜਾ ਗਿਆ ਹੈ ਉਸਨੇ ਜੋਸ਼ੋ ਖਰੋਸ਼ ਕੈਸਾ ਸੀ ਬਹੁਤ ਜੋਸ਼ ਖਰੋਸ਼ ਵਿੱਚ ਸਾਰੇ ਸੁਗਤ ਭੋਗ ਹੜਤਾਲ ਕਰਕੇ ਰਾਤੀ ਨੂੰ ਪਿੱਛੇ ਬੈਠੇ ਤੇ ਇਹ ਤੁਸੀਂ 92 ਲਾ ਵੀ ਦੇਖਿਆ ਸੀ ਜੀ 92 ਵਿੱਚ ਤੇ ਮੈਂ ਖੁਦ ਸ਼ਰੀਕ ਸਾਂ ਨਾ ਸਰ ਮੇਰੇ ਅੱਖੀਆਂ ਦੇ ਸਾਹਮਣੇ ਗੋਲੀਆਂ ਲੱਗਦੀਆਂ ਰਹੀਆਂ ਇਹ ਲਿਆ ਕੇ ਤਵਾਨ ਸ਼ਹੀਦ ਹੋਇਆ ਮੇਰੇ ਨਾਲ ਲਿਖਾ ਮੈਂ ਅਸਲ ਵਿੱਚ ਆਰਮੀ ਦੀ ਟ੍ਰੇਨਿੰਗ ਕੀਤੀ ਦੀ ਸੀ ਮੈਂ ਤਾਂ ਥੋੜ੍ਹਾ ਬਾਅਦ ਗਿਆ ਸਰ ਮੈਂ ਪਾਕਿਸਤਾਨ ਆਰਮੀ ਵੀ ਰਿਹਾ ਮੈਂ ਉਹਦਾ ਟ੍ਰੇਨਿੰਗ ਸਿੱਖੀ ਦੀ ਆ ਸੀ ਮੈਂ 3 ਸਾਲ ਸਰਵਿਸ ਕੀਤੀ ਆਰਮੀ ਦੀ ਲੇਕਿਨ ਡਿਸਚਾਰਜ ਕਰਾ ਕੇ ਛੋੜ ਕੇ ਆ ਗਿਆ ਮੈਂ ਕਿਹਾ ਅਸਲਾਮ ਵਾਲੇਕੁਮ ਮੈਂ ਭਾਈ ਬਸ ਕਰੀਬ ਫੌਜੀ ਪਾਕਿਸਤਾਨੀ ਫੌਜ ਚ ਹੈ ਜਿਹੜੀ 6 ਲੱਖ ਫੌਜ ਹੈ ਉਸਨੇ ਚ 2 ਲੱਖ ਫੌਜ ਤਾਂ ਇੱਥੇ ਨਹੀਂ ਹੈ ਉਹ ਭਿੰਬਰ ਤੋਂ ਲੈ ਕੇ ਨੀਲਮ ਤੱਕ ਲੋਕ ਫੌਜ ਚ ਹਨ ਯਾ ਪੁਲਿਸ ਯਾ ਫੌਜ ਵਿੱਚ ਹੀ ਹੈ ਨਾ ਔਰ ਕਿਹਦਾ ਜਾ ਸਕਦੇ ਵਿਚਾਰੇ ਯਾ ਮੁਜਾਹਿਦ ਬਟਾਲੀਅਨ ਬਣੀ ਦੀ ਹੈ ਇੱਕ ਰੈਜੀਮੈਂਟ ਬਣੀ ਦੀ ਹੈ ਉਹਨਾਂ 'ਚ ਸ਼ਾਮਿਲ ਹੋ ਜਾਂਦਾ ਸਹੀ ਤੇ ਸਰ 92 ਦਾ ਜਿਹੜਾ ਅਸਾਂ ਮਾਰਕਾ ਦੇਖਿਆ ਫੁਰਕ ਕ੍ਰੈਸ਼ੀ ਨੇ ਜਾ ਕੇ ਪਾਰ ਝੰਡਾ ਲਾਇਆ ਬਾਰਡਰ ਕ੍ਰਾਸ ਕਰਕੇ ਸਹੀ ਹੈ ਉਸਨੂੰ ਝੰਡਾ ਲਾ ਕੇ ਉਤਰਦਾ ਸੀ ਪਾਕਿਸਤਾਨ ਦਾ ਤੇ ਉਸਨੂੰ ਗੋਲੀ ਬ੍ਰੈਸਟ ਲੱਗਣ ਉੱਥੋਂ ਹੀ ਉੱਪਰੋਂ ਤਲਾ ਆਇਆ ਸਹੀ ਹੈ ਉਸ ਤੋਂ ਬਾਅਦ 18 ਆਦਮੀ ਅਸਾਂ ਦੇ ਦਿਖ ਦਿਖਦੇ ਹਾਂ ਜਿਸਲੇ ਸ਼ਹੀਦ ਹੋਏ ਤੇ ਅਸੀਂ ਲੈਂਗ ਪੋਜੀਸ਼ਨ ਲੈਟਿੰਗ ਪੋਜੀਸ਼ਨ ਵਿੱਚ ਹੋ ਗਿਆ ਉਹਦਾ ਸਹੀ ਹੈ ਜਦੋਂ ਲੈ ਕੇ ਮੇਰੇ ਨਾਲ ਲੈ ਕੇ ਦਾ ਲਿਆਕਤ ਸ਼ਹੀਦ ਪੱਥਰ ਆ ਗਿਆ ਪੱਥਰ ਤੇ ਗੋਲੀ ਆ ਕੇ ਪੱਥਰ ਤੇ ਲੱਗੀ ਹੈ ਪੱਥਰ ਟੁੱਟ ਕੇ ਉਸਦੇ ਮੱਥੇ 'ਚ ਤਾਂ ਲੱਗੀ ਸਰ ਬਾਨਵੇਂ ਦਾ ਜਿਹੜਾ ਹੈ ਸੀ ਔਰ ਅੱਜ ਦਾ ਜਿਹੜਾ ਹੁਣ ਜਿਹੜੇ ਲੋਕ ਗਏ ਨੇ ਕਿਆ ਫਰਕ ਹੈ ਇਸਨੇ ਵਿੱਚ ਤੁਸੀਂ ਕਹਿ ਸਮਝਣੇ ਹੋ ਬਈ ਇਹ ਦੋਵਾਂ ਦਾ ਆਪਣਾ ਆਪਣਾ ਮੁਕਾਮ ਹੈ ਉਹ ਵੀ ਕਸ਼ਮੀਰੀ ਬੜੇ ਅਰਸੇ ਤੋਂ ਕੋਸ਼ਿਸ਼ ਤਾਂ ਕਰਦੇ ਰਹੇ ਨਾ ਕਿ ਅਸਾਂ ਇਸ ਲਾਈਨ ਕੀ ਮੰਨੇ ਹੀ ਨਾ ਇਹ ਅਸਾਂ ਨੇ ਵਿੱਚ ਤੁਸਾਂ ਅਸਾਂ ਨੇ ਦੇਸ਼ ਵਿੱਚ ਲਾਈਨ ਬਣਾਈ ਹੈ ਨਾ ਹਾਂ ਬਈ ਇਸ ਪਾਸੇ ਨੇ ਰਿਸ਼ਤੇਦਾਰ ਉੱਧਰ ਨਾ ਮਿਲਣ ਉੱਧਰ ਨੇ ਇੱਧਰ ਨਾ ਮਿਲਣ ਤੇ ਇਹ ਬੰਦਾ ਹੁਣ ਤਾਂ ਇਹਨਾਂ ਬਿਲਕੁਲ ਕੋਈ ਤਸ਼ੱਦਦ ਨਹੀਂ ਕੋਈ ਹੱਲੜਬਾਜ਼ੀ ਨਹੀਂ ਕੋਈ ਕੁਝ ਨਹੀਂ ਬੜੀ ਸੰਜੀਦਗੀ ਨਾਲ ਇਸ ਮਤਲਬ ਬਹੁਤ ਸੰਜੀਦਗੀ ਨਾਲ ਸਰ ਅਗਲਾ 92 ਵਾਲਾ ਜਿਹੜਾ ਅਸੀਂ ਗਿਆ ਸੀ ਉਹ ਅਸੀਂ ਝੰਡਾ ਬਰਦਾਰ ਫੋਰਸ ਵੀ ਅਸੀਂ ਆਪਣੇ ਅਸਲੇ ਵੀ ਛੋਟੇ ਮੋਟੇ ਲੋਕਾਂ ਰੱਖੇ ਦੇ ਆ ਸਹੀ ਹੈ ਵਾਂ ਤਿਆਰੀ ਕਰਕੇ ਗਏ ਸੋ ਫੁੱਲ ਤਿਆਰੀ ਨਾਲ ਕਫਨ ਅਸਾਂ ਸਿਰ ਤੇ ਬਦੇ ਅਸੀਂ ਆਪਣਾ ਲਾਲ ਰਿਆਤ ਦਾ ਝੰਡਾ ਇਹਨਾਂ ਸਿਰ ਦਾ ਮਕਬੂਲ ਬਾਦ ਸ਼ਹੀਦ ਦਾ ਨਿਸ਼ਾਨ ਜੇ ਕੇ ਲੈ ਅਸਾਂ 4 ਦਿਹਾੜੇ ਉੱਥੇ ਨਾ ਬੇਚ ਸਕਣੇ ਹਾਲਾਂਕਿ ਆਜ਼ਾਦ ਆ ਤੇ ਉਹ ਹੁਣ ਉਹਨਾਂ ਦੀ ਹੁਣ 72-73 ਦਿਹਾੜੇ ਹੋ ਗਏ ਨੇ ਤੇ 80 ਲੱਖ ਬੰਦਾ ਉਹਨਾਂ ਮਸੂਰ ਕੀਤੇ ਆ ਤੇ ਸਿਰ ਦੇਖੋ ਸਿਟੀ ਸ਼ਹਿਰ ਇਸ ਵਕਤ ਅਸੀਂ ਸਿਟੀ ਵਿੱਚ ਅਸੀਂ ਜ਼ਿਆਦਾ ਤੋਂ ਜ਼ਿਆਦਾ 5 ਦਿਨ ਦਾ ਜਾਂ 10 ਦਿਨ ਦਾ 15 ਦਿਨ ਦਾ ਰਾਸ਼ਨ ਰੱਖ ਸਕਦੇ ਹਾਂ ਸਿਟੀ ਵਿੱਚ ਜੇ ਰਹਿੰਦੇ ਹਾਂ ਸਾਨੂੰ ਇਕੱਠੇ ਰਾਸ਼ਨ ਉਹਨਾਂ ਵਿਚਾਰਿਆਂ ਕੋਲ ਕੋਈ ਚੀਜ਼ ਨਹੀਂ ਉਹ ਦਿਹਾੜੀਦਾਰ ਜ਼ਿਆਦਾ ਲੋਕ ਨਾ ਉੱਥੇ ਜੀ ਦਿਹਾੜੀਦਾਰ ਜ਼ਿਆਦਾ ਨੂੰ ਵਿਚਾਰੇ ਕੇ ਖਾਸਨਗੇ ਜੰਗਲਾਂ 'ਚ ਉਹਨਾਂ ਨੂੰ ਫਿਰ ਮਹੀਨੇ ਮਹੀਨੇ ਦਾ ਰਾਸ਼ਨ ਕਹਿੰਦਾ ਬਹਿ ਕੇ ਦੇ ਉਹਨਾਂ ਨੂੰ ਸਹੀ ਹੈ ਉਹ ਪ੍ਰੋਪਰ ਸਿਟੀ ਵਿੱਚ ਰਹਿੰਦੇ ਨੇ ਜਦੋਂ ਨਿਕਲੇ ਤੇ ਦੁਕਾਨ ਤੋਂ ਚੀਜ਼ ਲੈ ਕੇ ਉਹ ਅੱਜ ਉਹਨਾਂ ਵਿਚਾਰਿਆਂ ਕੋਲ 3 ਮਹੀਨੇ ਹੋ ਗਏ ਨੇ ਉਹ ਕੀ ਖਾਂਦੇ ਆ ਸਰ ਉਹਨਾਂ ਦੇ ਬੱਚਿਆਂ ਦੀਆਂ ਦਵਾਈਆਂ ਨਹੀਂ ਹਨ ਕੋਈ ਵੀ ਰਾਤ ਨੂੰ ਆ ਰਹੇ ਦੇ ਖੁੰਡੇ ਜਾਣ ਜਾ ਕੇ ਅਸਾਂ ਦੀ ਜਵਾਨ ਭੈਣਾਂ ਬੱਚਿਆਂ ਦੀ ਇੱਜ਼ਤ ਲੁੱਟਦਾ ਇਹ ਆਰ ਐਸ ਐਸ ਮੋਦੀ ਦੀ ਤਨਜ਼ੀਮ ਹੈ ਕਿ ਖਮੀਸ ਦੇ ਬੱਚੇ ਦੀ ਤੇ ਉਹ ਜਾ ਕੇ ਅਸਾਂ ਦੀਆਂ ਬੱਚਿਆਂ ਦੀ ਇੱਜ਼ਤ ਲੁੱਟਦੇ ਛੋਟੇ ਛੋਟੇ ਬੱਚੇ 12 ਸਾਲ 9 ਸਾਲ ਤੋਂ 13 ਸਾਲ ਤੱਕ ਕੋਈ ਬੱਚਾ ਉਹਨਾਂ ਘਰ ਨਹੀਂ ਛੋੜਿਆ ਦਾ ਸਾਰਿਆਂ ਨੂੰ ਚਾਹ ਕੇ ਲੈ ਗਏ ਤੇ ਚਾਹੀ ਉਮਰ ਕਿਤਨੀ ਤੁਸਾਂ ਨਹੀਂ ਮੇਰੀ ਸਰ ਕੋਈ 57-1 ਸਾਲ ਹੋ ਗਈ ਇਹਦਾ ਮਤਲਬ ਹੈ ਕਿ ਜਿਹੜਾ ਪਹਿਲਾ 47-48 ਦਾ ਮਾਮਲਾ ਉਹ ਨਹੀਂ ਤੱਕਿਆ ਨਹੀਂ ਸਰ ਉਹ ਨਹੀਂ ਦੇਖਿਆ ਮੈਂ 65-71 ਦੀ ਜੰਗ ਦੇਖੀ ਸੀ 65-71 ਦੇ 92 ਲਈ ਮੁਰਾਦ ਮਿਸ਼ਰ ਦਾ ਇਹ ਦੇਖਿਆ ਸਰ ਚਲੋ ਜੀ ਬੜੀ ਅੱਛੀ ਬਾਤ ਹੈ ਮਤਲਬ ਹੈ ਕਿ ਅੱਛਾ ਹੋ ਗਿਆ ਨਾ ਕੋਈ
ਲੜਾਈ ਝਗੜਾ, ਨਾ ਕੋਈ ਹੁੱਲੜਬਾਜ਼ੀ, ਨਾ ਕੁਝ, ਆਰਾਮ ਨਾਲ ਅਮਨ ਜਿਹੜੀ ਦੁਨੀਆਂ ਕਹਿੰਦੀ ਹੈ ਜੀ, ਅਸੀਂ ਪੁਰਅਮਨ ਜਿਹੜਾ ਮੁਜ਼ਾਹਰੇ ਨੇ ਉਹ ਕਰਦੇ ਨੇ, ਕਿਉਂਕਿ ਗੋਲੀ ਦੋਵਾਂ ਪਾਸੇ ਮਾਮਲਾਤ ਕਰਨੀ ਹੈ ਨਾ, ਦੋ ਪਾਸੇ ਜੀ। ਹੁਣ ਪਾਕਿਸਤਾਨ ਵਿੱਚ ਮੌਲਵੀ ਉੱਠ ਗਏ ਦਿਨ ਸਰ, ਸਹੀ ਜਿਹੜਾ ਮੁਖਲਸ ਆਉਂਦਾ ਉਸ ਪਿੱਛੇ ਮੌਲਵੀ ਪਏ ਜੁਲਦਨ, ਸਹੀ ਹੈ। ਇੱਕ ਬੱਟੂ ਆਇਆ, ਬੱਟੂ ਕੋ ਗਦਾਇਰ ਬਣਾ ਕੇ ਫਾਂਸੀ ਦੇ ਫੰਦੇ ਦਾ ਡੰਗ ਹੈ, ਮੌਲਵੀ ਮੁਫਤੀ ਮਹਿਮੂਦ ਫਜ਼ਲ ਰਹਿਮਾਨ ਦਾ ਪਿਓ, ਉਹਨਾਂ ਸੁਣ ਫਤਵੇ ਲਾ ਛੁੜੇ ਉਸ ਵਿਚਾਰੇ ਦਾ। ਉਹ ਇੱਕ ਮੁਲਕ ਵਾਸਤੇ ਬਿਹਤਰ ਆਇਆ ਅਸਾਂ, ਉਸ ਤੋਂ ਬਾਅਦ ਦੂਸਰਾ ਲੀਡਰ ਆਇਆ ਮੁਸ਼ਰਫ, ਮੁਸ਼ਰਫ ਜਿਹੜਾ ਹੈ ਉਸਨੇ ਜਿਹੜੀ ਇਹ ਸੀਜ਼ਫਾਇਰ ਲਾਈਨ ਸੀ ਉਸਦੇ ਬਾੜ ਲਵਾਈ, ਬਾੜ ਲੱਗ ਗਈ ਤਾਂ ਬਾੜ ਲੱਗਣਾ ਕੋਈ ਚੰਗਾ ਹੋਇਆ? ਨਹੀਂ, ਬਾੜ ਨਹੀਂ, ਬਾੜ ਚੰਗਾ ਨਹੀਂ ਹੋਇਆ ਉਹ ਸਰ। ਕੋਈ ਪਹਿਲੇ ਮਾਇਦੇ ਹੋਏ ਦੇ ਐਸੇ ਕਿ ਅਸਾਂ ਬਾੜ ਲਾਣੀ ਹੈ ਇੱਧਰ ਉੱਧਰ। ਮੁਸ਼ਰਫ ਸੁਣ, ਇਹ ਐਲਾਨ ਕੀਤਾ ਕਿ ਮੇਰੀ ਮੌਜੂਦਗੀ ਵਿੱਚ ਤੁਸੀਂ ਅੱਜ ਤੋਂ ਬਾਅਦ ਇਹ ਕਰੋ, ਕਿਸੇ ਮੋਰਚੇ ਤੋਂ ਕਿਸੇ ਬਾਜਰ ਤੋਂ ਫਾਇਰ ਰਾਰ ਨਾ, ਅਸੀਂ ਬਾਜਰ ਦੀ ਖਿਲਾਫ ਵਰਜ਼ੀ ਨਾ ਕਰ ਸਕੇ। ਉਹਨਾਂ ਸੁਣ ਮੰਨਿਆ, ਮੰਨ ਕੇ ਫਿਰ ਇਕੱਠਿਆਂ ਹੋ ਕੇ ਉਹਨਾਂ ਸੁਣ ਤਾਰ ਲਾਈਏ ਨਾ, ਤਾਂ ਹੁਣ ਉਹ ਫਾਇਰ ਕਰਦੇ ਨਾ। ਹੁਣ ਉਹ ਪਿੰਡ 'ਚ ਹਿੰਦੂ ਦਾ ਮਕਾਰ ਮੁਲਕ ਨਾ, ਮਕਾਰ ਕੈਸਣਾ ਹੈ ਜਦੋਂ ਇਹਨਾਂ ਕੀ ਪਤਾ ਸੀ ਕਿ ਇਹ ਮੁਤਨਾਜ਼ਾ ਇਲਾਕਾ ਹੈ ਔਰ ਇਸਦੇ ਦਰਮਿਆਨ ਬਾੜ ਨਹੀਂ ਲੱਗਣੀ ਚਾਹੀਦੀ। ਹਾਂ ਤਾਂ ਇਹ ਤਾਂ ਗਲਤ ਹੋਇਆ ਨਾ ਇਸਨੇ। ਹਾਂ ਸਰ, ਅਸਾਂ ਦਾ ਸਾਰਾ ਇਲਾਕਾ, ਇਹ ਅਸੀਂ ਕਸ਼ਮੀਰੀ ਕਿਉਂ ਆਜ਼ਾਦ ਹੋ ਰਹੇ? ਕਿਉਂਕਿ ਸੋਨੇ ਦੀ ਚਿੜੀਆ ਹੈ ਕਸ਼ਮੀਰ ਅਸਾਂ ਦਾ, ਸਹੀ ਹੈ। ਇੱਕ ਸੋਨੇ ਦੀ ਚਿੜੀਆ ਹੈ, ਸੋਨੇ ਦੀ ਚਿੜੀਆ ਵਾਸਤੇ ਬਰਤਾਨੀਆ ਵੀ ਪਿੱਛਾ ਪਿਆ ਦਾ, ਅਮਰੀਕਾ ਵੀ ਪਿਆ ਦਾ, ਪਾਕਿਸਤਾਨ ਵੀ, ਚੀਨ ਵੀ, ਹਿੰਦੁਸਤਾਨ ਵੀ। ਉਹ ਪਾਣੀ ਬਹੁਤ ਹੈ ਨਾ, ਪਾਣੀ ਦੁਨੀਆਂ ਦੀ ਜ਼ਰੂਰਤ ਹੈ ਨਾ ਜੀ ਸਰ। ਪਾਣੀ ਅਸਾਂ ਦੇ ਕਸ਼ਮੀਰ ਵਿੱਚ ਸਰ, ਇਹ ਦਰਿਆਵਾਂ ਤੋਂ ਬਹੁਤ ਘੱਟ ਮਿਲ ਰਿਹਾ ਅਸਾਂ ਕੋਲ। ਦਰਿਆ ਨਾ ਪਾਣੀ ਤੇ ਥੱਲਾ ਲੋਕ ਇਸਤੇਮਾਲ ਕਰਦੇ ਨਾ, ਪਾਕਿਸਤਾਨ ਨਹੀਂ ਜਾ ਰਿਹਾ, ਉਦੋਂ ਹਿੰਦੁਸਤਾਨ ਨਹੀਂ ਜਾ ਰਿਹਾ। ਮਤਲਬ ਹੈ ਕਿ ਉਹ ਜਿਹੜਾ ਗੰਗਾ ਜਮਨਾ ਉਹ ਵੀ ਹਿਮਾਲਿਆ ਤੋਂ ਨਿਕਲਦਾ ਨਾ, ਤੇ ਹਿਮਾਲਿਆ ਸਾਡੇ ਕੋਲੋਂ ਸ਼ੁਰੂ ਹੁੰਦਾ ਹੈ ਜੀ। ਐਸਾ ਗੱਲ ਸ਼ੁਰੂ ਹੁੰਦਾ ਸਰ, ਸਾਰੇ ਏਰੀਏ ਦਬਕਾ, ਕੋਈ ਪਾਕਿਸਤਾਨ, ਕੋਈ ਚੀਨ ਤੇ, ਕੋਈ ਹਿੰਦੁਸਤਾਨ ਕਬਜ਼ਾ ਕਰਕੇ, ਅਸੀਂ ਕਸ਼ਮੀਰੀ ਕਿੱਧਰ ਜਾਵਾਂ? ਅਸਾਂ ਨੂੰ ਖੁਦ ਮੁਖਤਿਆਰ ਕਰਨ, ਇਸ ਵਕਤ ਪਾਕਿਸਤਾਨ ਦਾ ਮਾਗ ਦੇ ਪੈ ਕੇ ਜਿਹੜਾ ਬੱਚਾ ਉਹ ਵੀ 2 ਲੱਖ ਡੇਢ ਲੱਖ ਦਾ ਮਕਰੂਰ ਦਾ। ਹਾਂ ਤੇ ਅਸਾਂ ਕਿ ਐਵੇਂ ਫਸਾਇਆ ਨੇ, ਅਸੀਂ ਤੇ ਐਵੇਂ ਹੀ ਫਸੇ ਦੇ ਆ ਸਰ। ਅਸਾਂ ਪਾਕਿਸਤਾਨ ਦਾ ਕੋਈ ਕਰਜ਼ਾ ਨਹੀਂ ਸਰ ਲਾਇਆ ਦਾ, ਅਸੀਂ ਤਾਂ ਇੱਥੇ ਬੈਠੇ ਜੇ ਮਕਰੂਰ ਹੋਏ ਨੇ। ਸਹੀ ਆ, ਸਹੀ ਇਹ ਵੀ ਅਸਾਂ ਕੋ ਖੁਦ ਮੁਖਤਿਆਰ ਰਿਆਸਤ ਬਣਾਵਾਂ, ਕਰਜ਼ਾ ਹੀ ਕਰ ਸਕੇ ਅਸੀਂ ਬੈਠੇ ਨੇ। ਅਸੀਂ ਲੋਕ ਖੁਦ ਮੁਖਤਿਆਰ ਰਿਆਸਤ ਬਣ ਜਾਵਾਂ, ਅਸੀਂ ਸਭ ਖੁਸ਼ਹਾਲ ਹੋ ਜਾਵਾਂ। ਸਹੀ, ਅਸਾਂ ਦਾ ਬੱਚੇ ਤੂੰ ਕਹਿੰਦਾ ਬੁੱਢੇ ਤੱਕ ਐਸੇ ਖੁਸ਼ਹਾਲ ਹੋਵਾਂ ਕਿ ਅਸਾਂ ਕੋ ਮਜ਼ਦੂਰੀਆਂ ਕਰਨੇ ਦੀ ਜ਼ਰੂਰਤ। ਚਲੋ ਜੀ, ਬਹੁਤ ਅੱਛੀ ਬਾਤ ਹੈ।